ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ, ਹੋਰ ਸੁਣਾਓ ਸਭ ਠੀਕ ਠਾਕ ਆ? ਬਾਕੀ ਕਾਫੀ ਦਿਨਾਂ ਦੇ ਕਮੈਂਟ ਆਉਣ ਡਏ ਜੀ ਕਿ ਆਪਣੀ ਫੈਮਿਲੀ ਨਾਲ ਮਿਲਵਾਓ, ਅਤੇ ਫੈਮਿਲੀ ਜਿੱਦਣ ਬੱਚੇ ਘਰ ਹੁੰਦੇ ਆ ਤਾਂ ਅਸੀਂ ਘਰ ਨਹੀਂ ਹੁੰਦੇ, ਅਸੀਂ ਵੀਡੀਓ 'ਤੇ ਚੱਲ ਜਾਂਦੇ ਹਾਂ, ਔਰ ਅਗਰ ਕਿਸੇ ਟਾਈਮ ਅਸੀਂ ਘਰ ਹੁੰਦੇ ਹਾਂ ਅਤੇ ਬੱਚੇ ਸਕੂਲ ਦੇ ਵਿੱਚ ਹੁੰਦੇ ਆ, ਤਾਂ ਇਸ ਕਰਕੇ ਮੈਂ ਸੋਚਿਆ ਕਿ ਅੱਜ ਚਲੋ ਮਤਲਬ ਸੰਡੇ ਆ, ਬੱਚੇ ਵੀ ਘਰ ਨੇ, ਅਤੇ ਸ਼ਾਮ ਦੇ ਟਾਈਮ ਅਸੀਂ ਵੀ ਘਰ ਹੀ, ਅਤੇ ਬੱਚਿਆਂ ਨਾਲ ਮਿਲਵਾ ਦਈਏ ਤੁਹਾਨੂੰ। ਬਾਕੀ ਮੇਰਾ ਪੂਰਾ ਨਾਮ ਆ ਪ੍ਰਿਤਪਾਲ ਕੌਰ, ਵੀਡੀਓ ਦੇ ਵਿੱਚ ਮੈਨੂੰ ਪ੍ਰੀਤ ਨਾਂ ਦੇ ਨਾਲ ਜਾਣਿਆ ਜਾਂਦਾ, ਅਤੇ ਮੈਂ ਕੋਈ ਦਾ ਪੰਜਾਬ ਔਰ ਸਾਡਾ ਪੰਜਾਬ ਚੈਨਲ 'ਤੇ 1 ਸਾਲ 3 ਮਹੀਨੇ ਤੋਂ ਕੰਮ ਕਰ ਰਹੀ ਹਾਂ, ਅਤੇ ਬਹੁਤ ਵਧੀਆ ਲੱਗ ਰਿਹਾ ਉਹਨਾਂ ਦੇ ਨਾਲ ਕੰਮ ਕਰਕੇ। ਬਾਕੀ ਅਸੀਂ ਛੋਟਾ ਜਿਹਾ ਆਪਣਾ ਇੱਕ ਚੈਨਲ ਬਣਾਇਆ ਪਿੰਦਰਪ੍ਰੀਤ ਵਲੌਗ, ਅਤੇ ਕਈ ਲੋਕਾਂ ਨੇ ਚੈਨਲ ਨੂੰ ਵੇਖ ਕੇ ਕਮੈਂਟ ਕੀਤੇ ਆ, ਹਰੇਕ ਵੀਡੀਓ ਵਿੱਚ ਮੈਨੂੰ 1-2 ਕਮੈਂਟ ਆਉਂਦਾ ਵਾ ਕਿ ਤੁਸੀਂ ਕਵਲ ਹੁਣਾਂ ਨੂੰ ਛੱਡ ਨਾ ਦਿਓ। ਦੇਖੋ, ਕਵਲ ਹੁਣੀ ਇੱਕ ਸਾਡੀ ਰਿਸ਼ਤੇਦਾਰੀ ਆ, ਅਸੀਂ ਕੰਮ ਕੋਈ ਵੀ ਛੱਡ ਸਕਦੇ ਹਾਂ, ਕਿਸੇ ਵਜ੍ਹਾ ਨਾਲ ਛੱਡ ਸਕਦੇ, ਪਰ ਰਿਸ਼ਤੇਦਾਰੀ ਨਹੀਂ ਛੱਡ ਸਕਦੇ। ਇਹੋ ਜਿਹੀ ਕੋਈ ਗੱਲ ਨਹੀਂ ਆ, ਅਗਰ ਕੋਈ ਪਹਿਲਾਂ ਉਹਨਾਂ ਨੂੰ ਛੱਡ ਕੇ ਗਿਆ ਅਤੇ ਉਹਨਾਂ ਨੇ ਨਹੀਂ ਵਾਰਾ ਖਾਧਾ ਹੋਊਗਾ, ਜਾਂ ਉਹਨਾਂ ਦੀ ਕੋਈ ਆਪਣੀ ਮਜਬੂਰੀ ਹੋਊਗੀ, ਮੈਂ ਕਿਸੇ ਦੀ ਪਰਸਨਲ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੁੰਦੀ, ਅਤੇ ਬਾਕੀ ਮੇਰੇ ਵੱਲੋਂ ਤੁਸੀਂ ਆਪਣੇ ਦਿਲ 'ਚ ਵਹਿਮ ਕਰ ਦਿਉ ਕਿ ਮੈਂ ਉਹਨਾਂ ਨੂੰ ਛੱਡਾਂਗੀ। ਅਸੀਂ ਤਾਂ ਚਲੋ ਛੱਡ ਸਕਦੇ ਹੀ ਨਹੀਂ, ਸਾਡੀ ਤਾਂ ਬੇਟੀ ਆ। ਬਾਕੀ ਬਹੁਤ ਵਧੀਆ ਲੱਗਾ ਸਾਨੂੰ ਉਹਨਾਂ ਦੇ ਨਾਲ ਕੰਮ ਕਰਕੇ, ਕੰਮ ਅਸੀਂ ਖੁਦ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ, ਸਾਡੀ ਜ਼ਰੂਰਤ ਸੀ। ਇਹਦੇ ਵਿੱਚ ਕੋਈ ਗੱਲ ਨਹੀਂ ਕਿ ਅਸੀਂ ਉਹਨਾਂ ਨੂੰ ਛੱਡਾਂਗੇ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਕੰਮ ਕਰਾਂਗੇ, ਕਿਉਂਕਿ ਸਾਨੂੰ ਤਾਂ ਖੁਦ ਬੜਾ ਵਧੀਆ ਲੱਗਦਾ ਵਾ, ਕਿਉਂਕਿ ਇੰਨੀ ਕੋਈ ਮੁਸ਼ਕਿਲ ਵੀ ਨਹੀਂ ਲੱਗਦੀ। ਉਹਨਾਂ ਦਾ ਪਿੰਡ ਸਾਡੇ ਇੱਥੋਂ ਕੋਈ 3 ਕਿਲੋਮੀਟਰ ਪੈਂਦਾ ਵਾ, ਜ਼ਿਆਦਾ ਦੂਰ ਨਹੀਂ ਆ, ਅਤੇ ਬਾਕੀ ਤੁਸੀਂ ਇਹ ਗੱਲ ਦੀ ਚਿੰਤਾ ਨਾ ਕਰੋ, ਅਸੀਂ ਹਮੇਸ਼ਾ ਸਾਥ ਦੇਵਾਂਗੇ, ਹਰ ਬੰਦਾ ਆਪਣੀ ਜ਼ਰੂਰਤ ਨਾਲ ਦਿੰਦਾ। ਬਾਕੀ ਚਲੋ ਆ, ਅਸੀਂ ਤੁਹਾਨੂੰ ਮਿਲਾਉਂਦੇ ਹਾਂ ਆਪਣੀ ਫੈਮਿਲੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਇਹ ਸਾਡੇ ਮੰਮੀ ਜੀ ਸ਼੍ਰੀਮਤੀ ਜੀ ਗਿਆਨ ਕੌਰ ਜੀ, ਇਹਨਾਂ ਦੀ ਉਮਰ ਕਰੀਬ 70 ਸਾਲ ਆ, ਅਤੇ ਸਾਡੇ ਕੋਲ ਇਹੀ ਨੇ ਵੱਡੇ ਵਧੇਰੇ, ਆਪਾਂ ਜਿੰਨੇ ਮਰਜ਼ੀ ਵੱਡੇ ਹੋ ਜਾਈਏ, ਅਤੇ ਬੜੇ ਕਰਮਾਂ ਵਾਲੇ ਹੁੰਦੇ ਆ ਲੋਕ ਜਿਨ੍ਹਾਂ ਦੇ ਸਿਰ 'ਤੇ ਵੱਡੇ ਵਧੇਰੇ ਦਾ ਹੱਥ ਹੁੰਦਾ ਵਾ, ਅਤੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ। ਵੀਡੀਓ ਵਿੱਚ ਜਦੋਂ ਪਹਿਲੀ ਵਾਰੀ ਜਾਣਾ ਸੀ ਤਾਂ ਮੈਂ ਇਸ ਚੀਜ਼ ਵਾਸਤੇ ਤਿਆਰ ਨਹੀਂ, ਮੈਨੂੰ ਇੱਕ ਅਜੀਬ ਜੀ ਮਤਲਬ ਝਾਕਾ ਸੀ ਕਿ ਮੇਰੇ ਕੋਲ ਨਹੀਂ ਹੋ ਪਾਉਣਾ। ਇਹਨਾਂ ਨੇ ਕਹਿ ਕੇ ਨਹੀਂ ਤੂੰ ਜਾ ਹੁਣ ਵੀ, ਜਦੋਂ ਅਸੀਂ ਕਿਤੇ ਵੀਡੀਓ 'ਤੇ ਜਾਣਾ ਹੁੰਦਾ ਵਾ ਅਤੇ ਉਹਨਾਂ ਫਿਕਰ ਸਾਨੂੰ ਨਹੀਂ ਹੁੰਦਾ ਜਿੰਨਾ ਇਹਨਾਂ ਨੂੰ ਹੁੰਦਾ। ਫੋਨ ਆ ਗਿਆ, 9 ਵਜੇ ਜਾਣਾ, 9 ਵਜੇ ਦਾ ਟਾਈਮ ਆ, ਛੇਤੀ ਚੱਲ ਜਾਓ, ਮੇਰੇ ਕੋਲ ਜਿੰਨਾ ਕੰਮ ਹੁੰਦਾ ਮੈਂ ਕਰ ਲੈਂਦੀ ਹਾਂ, ਕਈ ਵਾਰੀ ਜਿਹੜਾ ਰਹਿ ਜਾਏ ਛੱਡ ਵੀ ਦਿੰਦੀ ਹਾਂ। ਸੋ ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਇੱਥੇ ਤੱਕ ਪਹੁੰਚਾਉਣ ਵਿੱਚ, ਇਹਨਾਂ ਦਾ ਬਹੁਤ ਵੱਡਾ ਹੱਥ ਵਾ। ਅਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹੁੰਦੀ ਹਾਂ ਕਿ ਮੰਮੀ ਆਪਣੇ ਪੇਕਿਆਂ ਘਰ ਰਹਿੰਦੇ ਆ, ਮੰਮੀ ਔਰ ਸੰਦੀਪ ਦੀ ਮੰਮੀ ਦੋਵੇਂ ਸਕੀਆਂ ਭੈਣਾਂ ਸੀ, ਇਹ ਆਪਣੇ ਪੇਕਿਆਂ ਘਰ ਤਾਂ ਰਹਿੰਦੇ ਸੀ ਕਿ ਇਹਨਾਂ ਦਾ ਕੋਈ ਬ੍ਰਦਰ ਨਹੀਂ ਹੈਗਾ, ਅਤੇ ਫੌਜੀ ਸਾਹਿਬ ਦੇ ਪਾਪਾ 6ਵੀਂ ਕਲਾਸ ਵਿੱਚ ਪੜ੍ਹਦੇ ਸੀ ਜਦੋਂ ਐਕਸਪਾਇਰ ਹੋ ਗਏ ਸੀ। ਅਤੇ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬੜੀਆਂ ਮੁਸ਼ਕਲਾਂ ਵੇਖੀਆਂ, ਬੜੀ ਮੁਸ਼ਕਲ ਦੇ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ। ਇਹਨਾਂ ਦੀਆਂ 2 ਬੇਟੀਆਂ ਅਤੇ 2 ਬੇਟੇ ਆ, ਅਤੇ ਹੋਰ ਵੀ ਕਈ ਗੱਲਾਂ ਵਾ ਚਲੋ ਜਿਹੜੀਆਂ ਆਪਾਂ ਤੁਹਾਡੇ ਨਾਲ ਆਪਣੀ ਰੀਅਲ ਲਾਈਫ ਦੀਆਂ ਨਹੀਂ ਸ਼ੇਅਰ ਕਰ ਸਕਦੇ। ਬਾਕੀ ਅਸੀਂ ਬਹੁਤ ਖੁਸ਼ ਹਾਂ ਕਿ ਚਲੋ ਹੁਣ ਪਰਮਾਤਮਾ ਨੇ ਬਹੁਤ ਸੁੱਖ ਦਿੱਤਾ ਇਹਨਾਂ ਨੂੰ, ਅਤੇ ਸਾਡੇ ਕੋਲ ਜਿੰਨਾ ਵੀ ਹੋ ਸਕੇ ਅਸੀਂ ਇਹਨਾਂ ਵਾਸਤੇ ਕਰਦੇ ਹਾਂ, ਸਿਰਫ ਇੱਕੇ ਗੱਲ ਦੀ ਭੁੱਖ ਵਾ ਕਿ ਪਰਮਾਤਮਾ ਉਮਰ ਬਖਸ਼ੇ ਹੁਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋ, ਫਿਰ ਵੀ ਚਲੋ, ਇਹਨਾਂ ਮੇਰੇ ਹਸਬੈਂਡ, ਇਹਨਾਂ ਦਾ ਨਾਂ ਸਰਦਾਰ ਗੁਰਪਿੰਦਰ ਸਿੰਘ, ਇਹ ਪਿਛਲੇ 3-4 ਮਹੀਨਿਆਂ ਤੋਂ ਆਰਮੀ ਤੋਂ ਰਿਟਾਇਰ ਹੋਏ ਨੇ, ਅਤੇ ਇਹਨਾਂ ਨੂੰ ਮੈਂ ਜ਼ਬਰਦਸਤੀ ਵੀਡੀਓ ਵਿੱਚ ਲਿਆਂਦਾ, ਮੰਨਦੇ ਨਹੀਂ ਸੀ ਪਏ, ਕਹਿੰਦੇ ਮੇਰੇ ਵਿੱਚ ਗੁੱਸਾ ਬੋਲ। ਮੈਂ ਕੋਈ ਗੱਲ ਨਹੀਂ, ਗੁੱਸੇ ਵਾਲੇ ਰੋਲ ਸਗੋਂ ਜ਼ਿਆਦਾ ਵਧੀਆ ਲੱਗਦੇ, ਉਹ ਤੁਹਾਡੇ ਕੋਲ ਜ਼ਿਆਦਾ ਹੋਣੇ ਆ, ਅਤੇ ਇਹ ਸਾਡੀ ਛੋਟੀ ਜਿਹੀ ਫੈਮਿਲੀ, ਹੁਣ ਅਸੀਂ ਮਿਲਾਉਂਦੇ ਤੁਹਾਨੂੰ ਆਪਣੇ ਬੱਚਿਆਂ ਦੇ ਨਾਲ। ਕਿੱਥੇ ਗਏ ਬੱਚੇ? ਲਿਆਓ। ਇਹ ਆ ਮੇਰੀ ਬੇਟੀ ਰਮਨਦੀਪ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹਨਾਂ ਨੇ +2 ਮੈਡੀਕਲ ਦੇ ਨਾਲ ਕੀਤੀ ਆ, ਅਤੇ ਹੁਣ ਅੱਗੇ ਦੇਖਦੇ ਹਾਂ ਕੀ ਕਰਨਾ ਵਾ। ਇਹਨਾਂ ਦੀਆਂ 2 ਹੌਬੀਜ਼ ਆ, ਖਾਣਾ ਅਤੇ ਸੌਣਾ, ਅਤੇ ਆਪਣੀ ਪੂਰੀ ਜ਼ਿੰਮੇਦਾਰੀ ਨੂੰ ਬੜੀ ਇਮਾਨਦਾਰੀ ਨਾਲ ਨਿਭਾ ਰਹੇ ਆ, ਅਤੇ ਵੈਸੇ ਕਿਚਨ ਵਿੱਚ ਆਉਣ ਤੋਂ ਥੋੜ੍ਹਾ ਡਰਦੇ ਆ, ਸਾਫ਼ ਸਫਾਈਆਂ ਦਾ ਕੰਮ ਕਰਦੇ ਆ। ਇਹ ਆ ਮੇਰਾ ਬੇਟਾ ਰਾਜਵੀਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਇਹ 10th ਕਲਾਸ ਵਿੱਚ ਪੜ੍ਹਦਾ ਵਾ, ਅਤੇ ਇਹਦੀ ਉਮਰ ਵਾ ਕਰੀਬ 16 ਸਾਲ, ਚੱਲ ਰਿਹਾ 16 ਸਾਲ। ਇਹ ਆ ਸਿਹਤ ਦੇ ਪੱਖੋਂ ਥੋੜ੍ਹਾ ਪਹਿਲਵਾਨ ਸਾਡਾ, ਰੋਟੀ ਪਾਣੀ ਥੋੜ੍ਹਾ ਘੱਟ ਖਾਂਦਾ ਅਤੇ ਡਾਈ ਫਰੂਟ ਜ਼ਿਆਦਾ ਖਾਂਦਾ, ਤਾਂ ਕਰਕੇ ਇਹਦੀ ਸਿਹਤ ਬੜੀ ਆ। ਅਤੇ ਇਹੀ ਮੇਰੀ ਛੋਟੀ ਜਿਹੀ ਫੈਮਿਲੀ ਸਾਡੀ ਛੋਟੀ ਆ, ਕੋਈ ਜ਼ਿਆਦਾ ਵੱਡੀ ਨਹੀਂ ਆ। ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਮਿਲ ਕੇ। ਬਾਕੀ ਮੇਰਾ ਦੇਰ ਆ ਛੋਟਾ, ਉਹ ਮਲੇਸ਼ੀਆ ਵਿੱਚ ਰਹਿੰਦੇ ਨੇ,
तीन साल हो गए उन्होंने गयान तो हूँ आने वाले ने वो थोड़ा मतलब है तो वेड़ा एक ही आ पर अलग रेंगे ने घर नाल नाल वा हूँ मैं तुम उन्होंने फैमिली नाल भी मिलाऊंगी क्योंकि वह भी साड़ी फैमिली के आते हैं तो आओ मिलाने अं तुम उन्होंने नाल यह है मेरी छोटी दरानी एक ही दरानी है फौजी साहब उन्हें दो ही भरा वा ये मेरे तो छोटे ने ते मेरे वीडियो बनाने के चक्कर में इन्होंने भी मेरा बहुत साथ दिता कई बार असी शाम का खाना सारे कट्ठे खा खाने मतलब इन्होंने दाल सब्जी खुद ही बनाई हो इधरों खा लैनी अं बनाई हो साडे वालों खा लैनी इन्होंने दो बच्चे आ उन्होंने भी तुम अं मिलाने तो अभी एक दूजे को बहुत सपोर्ट करीदा वा बाकी बहुत मज़ा आता ज्वाइंट फैमिली में रहन का एक ज्वाइंट फैमिली नाल रहने और सब तो खास गल मैं ढे शेयर करना चाहनी हाँ कि इन्हों मैरिज में 12 साल हो गया और इन 12 साल अही एक दूजे के नाल कभी नाराज होकर नहीं देखा तो यह है इन्हों की छोटी बेटी सिमरन कौर सिमरनजीत कौर यह अपनी सेहत पक्षों थोड़ी जी वीक आ ये बेचारी कुछ नहीं खाती फिर भी सेहत थोड़ी किन्नी रोटियां खाते दस दो लेट खाना बना काम वा सारू मिनटो मिनटी रोटी फड़ा पानी फड़ा सारे बर्तन कठे करने ते जे कोई मगरों मेरी गल करदा ना वह भी दस दें होली ना है ना सिमू तो इन्हे ना मिलाने ये साढ़े घर में सब तो छोटा तो प्यारा जहा बच्चा वा तलवीर सिंह औजला अपना नाम दसो सत श्रीकाल बुलाओ सत श्रीकाल बुलाओ जोर ना बुलाओ सारे नूं ते अपना नाम दसो तलवीर सिंह औजला इसकी उम्र आ 5 साल ते ये साढ़े घर का वा सब तो छोटा बच्चा साडा खिडौना इहदे नाल सारे अपना टाइम पास करते हैं ते इहदी एक आदत वा रुसना बस होर कोई गल नहीं ये तो यही मेरी छोटी जी फैमिली हम तुम सारे जने कमेंट करके दस्यो कि तुहानू किदां दी लगी बाकी किदां दे साडे ब्लॉग लग रहे ने वह भी दस्यो किते कुछ गलतियां भी होणगियां जिन्ना चिर कोई गलती कढे ना उन्ना चिर अपनी गलती का पता नहीं लगता तो सारे जने कमेंट करके दस्यो चैनल नू सबसक्राइब जरूर करो ताकि अहीं अगे तो इस तरह तुहाडे नाल जुड़े रहीए इन्ना प्यार दिता तुम चैनल नू कि साडा मन बहुत खुश वा तो इस तरह अगे तो सानू सबसक्राइब चैनल करो जरूर कमेंट करते रहो ताकि अं एक दूजे के नाल जुड़े रहिए सत श्री अकाल।